ਹੇ ਗਾਇਸ, ਵੈਲਕਮ ਬੈਕ। ਅੱਜ ਆਪਾਂ ਆਏ ਹਾਂ ਮੌਲ, ਆਪਾਂ ਕੁਛ ਲੈ ਕੇ ਜਾਵਾਂਗੇ ਜੇਡੀ ਦੇ ਲਈ। ਲੈਣ ਚੱਲੇ ਹਾਂ ਅੱਜ ਆਪਾਂ ਜੇਡੀ ਦੇ ਲਈ ਸਪੈਸ਼ਲ। ਇੰਨੀ ਸਿਆਣੀ ਘਰ ਵਾਲੀ ਦੇਖੀ ਹੈ ਵੀ ਸਾਰੀ ਘਰ ਵਾਲੇ ਨੇ ਸ਼ੋਪਿੰਗ ਕਰਾ ਦਿੱਤੀ, ਆਪ ਕੁਛ ਨਹੀਂ। ਦੇਖਿਆ ਫਿਰ ਅੱਜ ਜਿਹੜੀ ਕਹਿੰਦਾ ਵੀਕਐਂਡ ਆ, ਮੈਨੂੰ ਸ਼ੋਪਿੰਗ ਕਰਾ ਕੇ ਮੇਰੇ ਕੋਲ ਕੋਈ ਨਾ, ਮੇਰੇ ਕੋਲ ਪੁਰਾਣੇ ਕੱਪੜੇ ਨੇ। ਮੈਂ ਕਿਹਾ ਚੱਲ ਸ਼ੋਪਿੰਗ ਕਰ ਆਉਂਦੇ ਹਾਂ, ਹੋਰ ਕੀ। ਤੇ ਅਸੀਂ ਆ ਗਏ ਸਿੱਧਾ, ਬੜੀ ਨਵੇਂ ਕੱਢ ਕੇ ਪਾਉਂਦੀ ਹੈ। ਤੇ ਅਸੀਂ ਆ ਗਏ ਜ਼ਾਰਾ, ਮੈਂ ਤਾਂ ਆਪਾਂ ਕਹਿ ਰਿਹਾ ਬੀਸੀ ਵਾਲੀ ਜੈਕਟ ਆ ਜਿਹੜੀ ਬਹੁਤ ਟਾਈਟ ਆ ਯਾਰ। ਇੱਥੋਂ ਹੁਣ ਟੀ-ਸ਼ਰਟ ਰਹਿ ਗਈ ਯਾਰ ਕਾਲੀ, ਕਿੱਥੇ ਰਹੀ ਕਾਲੀ? ਲੈਣੀ ਸੀ ਉਹ, ਆਪਾਂ ਕਿਸੇ ਹੋਰ ਦੇਖ ਲੈਂਦੇ ਹੁਣ। ਚਲੋ ਚੱਲੇ ਜੀ, ਜੈਕ ਐਂਡ ਜੋਨਸ। ਜੈਕ ਐਂਡ ਜੋਨਸ ਮੁੰਡੇ ਮੁੰਡੇ ਵਾਲਾ ਸਟੋਰ ਚੱਲਿਆ ਜੀ ਜ਼ਾਰਾ 'ਚ। ਮੈਨੂੰ ਤਾਂ ਆਪਣੇ ਕੁਛ ਪਸੰਦ ਆਇਆ, ਆਲਰੇਡੀ ਬਹੁਤ ਕੱਪੜੇ ਆ। ਕੁੜੀਆਂ ਕਹਿੰਦੇ ਨੇ ਤੁਹਾਨੂੰ ਇੰਨੇ ਪੈਕੇਜ ਆ ਜਾਂਦੇ, ਰੱਖਦੇ ਕਿੱਥੇ ਆ ਜਿਹੜੀ ਸੱਚੀ ਗੱਲ ਆ ਨਾ। ਬਹੁਤ ਅਲਮਾਰੀ ਰੱਖਦੇ ਜੀ ਮੇਰੇ ਥਾਂ 'ਚ। ਸਹੀ ਗੱਲ। ਅਸੀਂ ਨਾ ਜਾਂਦੇ ਜਾਂਦੇ ਸਾਡੀ ਮਤਲਬ ਸਲਾਹ ਬਣ ਗਈ ਸੀ, ਆਪਾਂ ਪਹਿਲਾਂ ਰੋਇਲ ਰੁਕਣ ਲੱਗੇ ਸੀ, ਬਾਅਦ 'ਚੋਂ ਜੇਡੀ ਨੇ ਆਪਣੇ ਕੰਮ ਵਾਲੇ ਮੁੰਡਿਆਂ ਨੂੰ ਫੋਨ ਕਰਿਆ ਇੱਥੇ ਨਿਊ ਏਸ਼ੀਅਨ ਆਇਆ ਹੈ ਨਾ। ਇੱਥੇ ਜਦੋਂ ਅਸੀਂ ਅੰਦਰ ਆਏ ਇੱਥੇ ਬਫੇ ਸੀਗਾ, ਮੈਂ ਕਿਹਾ ਜਿਹੜੀ ਬਫੇ ਟਰਾਈ ਕਰਦੇ ਹਾਂ। ਸੋ ਅਸੀਂ ਆਹ ਵਾਲੀ ਚਾਟ ਪਾਪੜੀ ਪਾਉਣ ਲੱਗੇ ਹਾਂ। ਪਹਿਲਾਂ ਇੰਨਾ ਜ਼ਿਆਦਾ ਸੋਹਣਾ ਬਫੇ ਆ, ਅਤੇ ਮੈਂ ਤੁਹਾਨੂੰ ਇੱਕ ਇੱਕ ਸਿੰਗਲ ਸਿੰਗਲ ਚੀਜ਼ ਦਿਖਾਉਣੀ ਹੈ ਜਿਹੜੀ ਤੈਨੂੰ ਕਿਵੇਂ ਲੱਗਿਆ। ਜਿਵੇਂ ਸਭ ਤੋਂ ਪਹਿਲਾਂ ਇੱਥੇ ਹੈਗਾ ਸੀਗਾ ਵੈਜੀ ਸੂਪ, ਦੈਨ ਚਿਕਨ ਸੂਪ, ਤੇ ਆਹ ਸਾਰੀਆਂ ਚੀਜ਼ਾਂ ਮਤਲਬ ਸੈਲਡਸ ਵਗੈਰਾ ਹਨਾ ਸਾਰੇ, ਤੇ ਆਹ ਸਾਰੀਆਂ ਚਟਨੀਆਂ, ਆਹ ਮੇਰੀ ਚਾਟ ਪਾਪੜੀ ਦੇਖ ਲਓ। ਅਤੇ ਇਹਦੇ ਵਿੱਚ ਬਹੁਤ ਤਰ੍ਹਾਂ ਦਾ ਮਤਲਬ ਕਿ ਆ ਪੁੰਗਰੀਆਂ ਹੋਈਆਂ ਦਾਲਾਂ, ਚਨੇ, ਆ ਬ੍ਰੈਡ ਕਰੰਬਸ ਜਿਹੜੇ ਕਿਹੜੇ ਹੁੰਦੇ ਆ ਦੂਜੇ ਭੁਜੀਆ। ਸਭ ਤੋਂ ਵਧੀਆ ਜਿਹੜੀ ਮੈਨੂੰ ਚੀਜ਼ ਲੱਗੀ ਅਤੇ ਗੋਲ ਗੱਪੇ ਵੀ ਆ, ਮੈਂ ਆਪਣੇ ਆਪ ਬਣਾਊਂਗੀ। ਅਤੇ ਜਿਹੜੀ ਨੇ ਤਾਂ ਸਿੱਧਾ ਹੀ, ਮੈਂ ਜਿਹੜੀ ਨੂੰ ਕਿਹਾ ਸੀ ਪਹਿਲਾਂ ਆਪਾਂ ਚਲੀ ਚਾਟ ਪਾਪੜੀ ਖਾਂਦੇ ਹਾਂ। ਅਤੇ ਪਕੌੜੇ ਆ ਜਿਹੜੀ ਦੇ ਲਈ ਫਿਸ਼, ਠੀਕ ਆ। ਸੋ ਇਹਦੇ ਵਿੱਚ ਸਾਰੇ ਹੈਗੇ ਸੀ ਰਾਈਸ, ਮੈਂ ਤੁਹਾਨੂੰ ਦਿਖਾਉਂਦੀ ਹਾਂ ਇੱਥੇ ਮੈਂ ਰੱਖ ਦਿੰਦੀ ਹਾਂ, ਸੋ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ। ਸੋ ਸੈਫਰਨ ਰਾਈਸ ਹੋ ਗਿਆ, ਆਹ ਹੋ ਗਏ ਸਟੀਮ ਰਾਈਸ, ਐਂਡ ਆਹ ਹੋ ਗਿਆ ਕੜੀ ਪਕੌੜਾ, ਐਂਡ ਵੈਜੀਟੇਬਲ ਕੋਰਮਾ, ਐਂਡ ਪੰਜਾਬੀ ਛੋਲੇ, ਐਂਡ ਆਲੂ ਗੋਭੀ। ਇਹ ਮੈਨੂੰ ਬਹੁਤ ਵਧੀਆ ਲੱਗਿਆ। ਦਾਲ ਮੱਖਣੀ ਹੋ ਗਈ ਗਾਇਸ, ਠੀਕ ਆ। ਤੁਹਾਨੂੰ ਕੀ ਖੋਲ ਕੇ ਦਿਖਾਉਣਾ, ਪਾਲਕ ਪਨੀਰ ਹੋ ਗਿਆ, ਚਿੱਲੀ ਚਿਕਨ ਹੋ ਗਿਆ, ਗੋਟ ਹੋ ਗਈ, ਐਂਡ ਇਹਦੇ ਵਿੱਚ ਹੈਗੀਆਂ ਸੀਗੀਆਂ ਨਾਨ, ਜਿਹੜੀ ਕਹਿੰਦਾ ਕਿੰਨੇ ਚਮਕਦੇ ਚਮਕਦੇ ਨਾਨ ਪਏ ਆ। ਗੋਲਡਨ ਟੈਂਪਲ ਰਾਊਂਡ 1 ਇਜ਼ ਕੰਪਲੀਟ, ਗੈਟ ਰੈਡੀ ਫੋਰ ਰਾਊਂਡ 2। ਕਾਰਤਿਕ ਚਾਪਟ ਪਲੇਟ। ਆਹ ਕੀ ਆ ਦੇਖ, ਜਿਹੜੀ ਚਾਕਲੇਟ ਕਿੰਨਾ ਸੋਹਣਾ ਲੱਗਦਾ, ਆਪਣੀ ਚਾਕਲੇਟ ਲੱਗਦਾ ਮੈਨੂੰ। ਵਾਓ, ਮੈਂ ਗੋਲ ਗੱਪੇ ਲੈ ਲਏ, ਨਾਲ ਫਰੂਟ ਲੈ ਲਏ। ਬਫੇ ਕਰਨ ਲੱਗ ਗਏ ਸੀਗੇ ਤਾਂ ਕਰਕੇ ਧੱਕੇ ਨਾਲ ਹੀ ਰੋਟੀ ਖਾਧੀ ਆ। ਬਾਲਾ ਕੋਈ ਹੈ ਤਾਂ ਹੈ ਨਹੀਂ ਸੀਗਾ ਵੀ ਖਾਣੀ ਖਾਣੀ ਹੈ, ਮੈਂ ਕਿਹਾ ਚੱਲ ਅੱਜ ਕੜੀ ਪਕੌੜਾ ਖਾਂਦੇ ਹਾਂ ਨਾਲ ਨਾਨ। ਡਿਜ਼ਰਟ ਦੇ ਵਿੱਚ ਅਸੀਂ ਖਾਧੀ ਜਲੇਬੀਆਂ ਅਤੇ ਗੁਲਾਬ ਜਾਮਣਾ, ਦੇਖ ਕੇ ਵਧੀਆ ਤਾਂ ਲੱਗ ਰਿਹਾ ਸੀ ਪਰ ਢਿੱਡ ਪੂਰਾ ਰੱਜਿਆ ਪਿਆ ਸੀ। ਗਾਇਸ, ਵਿੱਚੋਂ ਟਾਈਮ ਕੱਢ ਕੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਸ਼ਿਲਾਜੀਤ ਬਾਰੇ, ਕਿਉਂਕਿ ਨਾ ਮੈਨੂੰ ਬਹੁਤ ਸਾਰੇ DM ਆਉਂਦੇ ਆ ਇੰਸਟਾਗ੍ਰਾਮ ਅਤੇ ਟਿਕਟੋਕ 'ਤੇ, ਕਿਉਂਕਿ ਮੈਂ ਬਹੁਤ ਵੀਡੀਓਜ਼ ਪਹਿਲਾਂ ਇੰਸਟਾਗ੍ਰਾਮ ਟਿਕਟੋਕ 'ਤੇ ਪਾਈਆਂ ਨੇ। ਮੈਂ ਸੋਚਿਆ ਕਿ ਤੁਹਾਨੂੰ ਯੂਟਿਊਬ 'ਤੇ ਦੱਸਿਆ ਜਾਵੇ ਕਿ ਸ਼ਿਲਾਜੀਤ ਹੈ ਕੀ।
ਸ਼ਿਲਾਜੀਤ ਕਿਉਂ ਖਾਣੀ ਚਾਹੀਦੀ ਆ, ਕਿਉਂਕਿ ਨਾ ਸ਼ਿਲਾਜੀਤ ਬਾਰੇ ਸਾਰਿਆਂ ਨੂੰ ਇੱਦਾਂ ਹੁੰਦਾ ਕਿ ਮੁੰਡੇ ਹੀ ਖਾ ਸਕਦੇ ਆ ਜਾਂ ਜਿਹੜੇ ਜਿੰਮ ਜਾਂਦੇ ਆ ਉਹੀ ਖਾ ਸਕਦੇ ਆ, ਪਰ ਇਹ ਟੋਟਲੀ ਰੋਂਗ ਆ। ਇਹ ਨਹੀਂ ਹੈਗਾ ਕਿ ਇਕੱਲੇ ਮੁੰਡਿਆਂ ਵਾਸਤੇ ਬਣੀਆਂ, ਹਰ ਕੋਈ ਜਣਾ ਇਹਨੂੰ ਖਾ ਸਕਦਾ, ਹਰ ਕੋਈ ਏਜ ਗਰੁੱਪ ਦਾ ਬੰਦਾ ਇਹਨੂੰ ਖਾ ਸਕਦਾ, ਛੋਟੇ ਵੱਡੇ ਬਜ਼ੁਰਗ, ਠੀਕ ਆ। ਸੋ ਇਹਨਾਂ ਦੇ ਮੇਨ ਬੈਨੀਫਿਟ ਹੈਗੇ ਨੇ, ਜਿਨ੍ਹਾਂ ਨੂੰ ਵੀ ਡਾਇਬਿਟੀਜ਼ ਦੀ ਪ੍ਰੋਬਲਮ ਹੈਗੀ ਆ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ, ਜੁਆਇੰਟ ਪੇਨ ਦੀ ਪ੍ਰੋਬਲਮ ਹੈਗੀ ਆ, ਬਹੁਤ ਬਾ ਕਮਾਲ ਕੰਮ ਕਰੂਗੀ। ਸੋ ਇਹ ਕੋਈ ਮੈਂ ਝੂਠ ਨਹੀਂ ਮਾਰ ਰਹੀ, ਓਨੈਸਟ ਰਿਵਿਊ ਹੈਗਾ, ਕਿਉਂਕਿ ਇਹ ਮੈਂ ਖੁਦ ਆਪਣੇ ਮੋਮ ਡੈਡ ਨੂੰ ਦਿੱਤੀ ਸੀਗੀ 3 ਕੁ ਮਹੀਨੇ ਪਹਿਲਾਂ। ਸੋ ਟੋਟਲ 3 ਮਹੀਨਿਆਂ ਬਾਅਦ ਮੈਂ ਰਿਵਿਊ ਸ਼ੇਅਰ ਕਰਨ ਲੱਗੀ ਹਾਂ ਉਹਨਾਂ ਦਾ। ਨਹੀਂ ਮੈਂ ਕਿਸੇ ਵੀਡੀਓ ਦੇ ਵਿੱਚ ਇਹ ਨਹੀਂ ਦੱਸਿਆ ਕਿ ਮੇਰੇ ਮੰਮੀ ਡੈਡੀ ਇਹਨੂੰ ਖਾਂਦੇ ਆ, ਹੈ ਨਾ। ਸੋ ਜਦੋਂ ਮੈਂ ਡੈਡੀ ਜੀ ਨੂੰ ਦਿੱਤੀ ਸੀ ਨਾ ਇਹ, ਸੋ ਉਹਨਾਂ ਦਾ ਨਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਦਾ ਸੀਗਾ। ਸੋ ਮੈਂ ਉਹਨਾਂ ਨੂੰ ਸ਼ਿਲਾਜੀਤ ਇਹ ਵਾਲੀ ਵੀ ਦਿੱਤੀ ਸੀ। ਸੋ ਇਹਨੂੰ ਤੁਸੀਂ ਕਲੋਜ਼ ਅਪ ਤੁਸੀਂ ਦੇਖ ਸਕਦੇ ਹੋ, ਠੀਕ ਆ। ਸੋ ਨੈਚੁਰਲ ਸ਼ਿਲਾਜੀਤ ਕਰਕੇ ਇੱਦਾਂ ਦਾ ਬੋਕਸ ਆਉਂਦਾ, ਸੋ ਇਹ ਵਾਲੇ ਬੋਕਸ ਦੇ ਵਿੱਚ ਆਉਂਦੀ ਆ, ਠੀਕ ਆ। ਕਾਰਡਬੋਰਡ ਦਾ ਬੋਕਸ ਹੈਗਾ ਅਤੇ ਇੱਦਾਂ ਦਾ ਕਰਕੇ, ਠੀਕ ਆ। ਸੋ ਇਹਦੇ ਵਿੱਚ ਆਹ ਵਾਲੀ ਸ਼ਿਲਾਜੀਤ ਹੁੰਦੀ ਆ, ਬਹੁਤ ਬਹੁਤ ਜ਼ਿਆਦਾ ਇਫੈਕਟਿਵ ਆ ਗਾਇਸ। ਅਤੇ ਮੈਂ ਡੈਡੀ ਜੀ ਨੂੰ ਇੱਕ ਇਹ ਦਿੱਤਾ ਸੀ, ਅਤੇ ਮੈਂ ਕਿਹਾ ਡੈਡੀ ਜੀ ਤੁਹਾਨੂੰ ਇਹ ਔਖਾ ਲੱਗਿਆ ਤਾਂ ਤੁਸੀਂ ਆਹ ਵਾਲੇ ਕੈਪਸੂਲਸ ਖਾ ਸਕਦੇ ਆ, ਇਹ ਆਹ ਵਾਲੇ ਨੈਚੁਰਲ ਸ਼ਿਲਾਜੀਤ ਦੇ ਕੈਪਸੂਲ ਆ। ਇਹਦੇ ਵਿੱਚ 60 ਕੈਪਸੂਲਸ ਹੈਗੇ ਆ। ਜਿਵੇਂ ਮੈਂ ਪਿਓਰ ਵੈਜੀਟੇਰੀਅਨ ਆ, ਜਿਹੜੀਆਂ ਮੇਰੀਆਂ ਭੈਣਾਂ ਪਿਓਰ ਵੈਜੀਟੇਰੀਅਨ ਹੈਗੇ ਨੇ, ਕਿਉਂਕਿ ਮੈਂ ਕਦੇ B12 ਕੈਪਸੂਲਸ ਵੀ ਨਹੀਂ ਖਾਧੇ, ਕਿਉਂਕਿ ਉਹਦੇ ਵਿੱਚ ਫਿਸ਼ ਆਇਲ ਹੁੰਦਾ। ਸੋ ਇਹ ਵਾਲੇ ਚੀਜ਼ਾਂ ਤੁਸੀਂ ਬੇਝਿਜਕ ਖਾ ਸਕਦੇ ਹੋ, ਠੀਕ ਆ। ਸੋ ਇਹ ਪਿਓਰ ਵੈਜੀਟੇਰੀਅਨ ਕੈਪਸੂਲਸ ਹੈਗੇ ਆ, 60 ਕੈਪਸੂਲਸ ਹੈਗੇ ਆ। ਸੋ ਮੈਂ ਡੈਡੀ ਜੀ ਨੂੰ ਇਹ ਦਿੱਤੇ ਸੀ, ਐਵਰੀ ਮੋਰਨਿੰਗ ਉਹਨਾਂ ਨੇ ਬਿਨਾਂ ਨਾਗਾ ਇਹ ਵਾਲੇ ਖਾਧੇ ਆ, ਅਤੇ ਤੁਸੀਂ ਮੰਨੋਗੇ ਨਹੀਂ, ਰਿਜ਼ਲਟਸ ਖੁਦ ਬ ਖੁਦ ਤੁਸੀਂ ਖਾਓਗੇ, ਕੰਸਿਸਟੈਂਸੀ ਦੇ ਨਾਲ ਖਾਓਗੇ, ਰੋਜ਼ ਖਾਓਗੇ, ਮਤਲਬ ਬਿਨਾਂ ਨਾਗਾ ਖਾਓਗੇ, ਤੁਹਾਨੂੰ ਰਿਜ਼ਲਟਸ ਆਪਣੇ ਆਪ ਦੇਖਣ ਨੂੰ ਮਿਲਣਗੇ। ਅਤੇ ਜਦੋਂ ਮੈਂ ਡੈਡੀ ਜੀ ਨੂੰ ਇਹ ਦਿੱਤੇ ਸੀਗੇ ਨਾ, ਡੈਡੀ ਜੀ ਨੂੰ ਵੀ ਹੁਣ ਪਤਾ ਲੱਗਦਾ ਵੀ ਕਿੰਨਾ ਕੁ ਫਾਇਦੇ ਹੈਗੇ ਇਹਦੇ, ਬਹੁਤ ਫਾਇਦੇਮੰਦ ਹੈਗੀ ਆ, ਅਤੇ ਐਨਰਜੀ ਬੂਸਟਰ ਦਾ ਕੰਮ ਕਰਦੇ ਆ। ਸਾਰਾ ਦਿਨ ਤੁਹਾਡੇ ਸਰੀਰ ਦੇ ਵਿੱਚ ਐਨਰਜੀ ਖਤਮ ਨਹੀਂ ਹੋਊਗੀ, ਜੋ ਕਿ ਬਹੁਤ ਬਹੁਤ ਵਧੀਆ ਗੱਲ ਆ। ਸੋ ਸਰੀਰ ਡਿੱਗੂ ਡਿੱਗੂ ਨਹੀਂ ਕਰੂਗਾ ਬੇਸਿਕਲੀ, ਠੀਕ ਆ। ਜਿਹਨਾਂ ਦੇ ਵਿੱਚ ਆਇਰਨ ਲੋਅ ਰਹਿੰਦਾ ਨਾ, ਆਇਰਨ ਡੈਫੀਸ਼ੈਂਸੀ ਹੁੰਦੀ ਆ ਭੈਣਾਂ ਨੂੰ ਬਹੁਤ ਜ਼ਿਆਦਾ, ਮੁੰਡੇ ਨਾਲ ਵੱਧ ਕੁੜੀਆਂ ਨੂੰ ਆਇਰਨ ਡੈਫੀਸ਼ੈਂਸੀ ਦੀ ਪ੍ਰੋਬਲਮ ਹੈਗੀ ਆ। ਸੋ ਤੁਹਾਡੇ ਲਈ ਵੀ ਇਹ ਬਾ ਕਮਾਲ ਕੰਮ ਕਰੂਗੀ, ਠੀਕ ਆ। ਸੋ ਤੁਸੀਂ ਮੇਰੇ ਕਹਿਣ 'ਤੇ ਇਹਨੂੰ ਜ਼ਰੂਰ ਟਰਾਈ ਕਰਕੇ ਦੇਖੋ, ਆਪਣੇ ਮੋਮ ਡੈਡ ਨੂੰ ਤੁਸੀਂ ਜ਼ਰੂਰ ਟਰਾਈ ਕਰਕੇ ਦਿਖਾਓ, ਜਿਨ੍ਹਾਂ ਨੂੰ ਜੁਆਇੰਟ ਪੇਨ ਦੀ ਪ੍ਰੋਬਲਮ ਆ, ਬੈਕ ਪੇਨ ਦੀ ਪ੍ਰੋਬਲਮ ਹੈਗੀ ਆ, ਸੋ ਉਹਨਾਂ ਦੇ ਲਈ ਵੀ ਬਹੁਤ ਵਧੀਆ ਕੰਮ ਕਰੂਗੀ, ਠੀਕ ਆ। ਸੋ ਤੁਸੀਂ ਚਾਹੋ ਤਾਂ ਇਹ ਵਾਲੇ ਕੈਪਸੂਲਸ ਖਾ ਸਕਦੇ ਹੋ, ਚਾਹੋ ਤਾਂ ਇਹ ਵਾਲੀ ਸ਼ਿਲਾਜੀਤ ਖਾ ਸਕਦੇ ਹੋ, ਐਂਡ ਤੁਸੀਂ ਇਹ ਵਾਲੀਆਂ ਹਨੀ ਸਟਿਕਸ ਵੀ ਆਰਡਰ ਕਰ ਸਕਦੇ ਹੋ, ਠੀਕ ਆ। ਸੋ ਇਹ ਜਿਹੜੀ ਹਨੀ ਸਟਿਕਸ ਨੇ ਇਹ ਵੀ ਬਹੁਤ ਵਧੀਆ ਨੇ, ਪਰ ਸਭ ਤੋਂ ਵਧੀਆ ਬੈਸਟ ਹੈਗਾ ਇਹ 1, 2, ਐਂਡ 3। ਕੰਮ ਇਹ ਸੇਮ ਕਰੂਗਾ, ਇਹਦੇ ਵਿੱਚ ਰੋ ਹਨੀ ਹੁੰਦਾ ਆ, ਜਿਹਨਾਂ ਭੈਣਾਂ ਨੂੰ ਇਹ ਸ਼ਿਲਾਜੀਤ ਕੌੜੀ ਲੱਗ ਰਹੀ ਆ ਆਹ ਵਾਲੀ, ਠੀਕ ਆ। ਸੋ ਉਹਨਾਂ ਦੇ ਲਈ ਅਲਟਰਨੇਟਿਵ ਹੈਗਾ ਇਹ ਵਾਲੀਆਂ ਹਨੀ ਸਟਿਕਸ। ਸੋ ਇਹ ਹਨੀ ਸਟਿਕਸ ਤੁਸੀਂ ਗਰਮ ਗਰਮ ਪਾਣੀ ਦੇ ਵਿੱਚ ਕੋਸੇ ਜੇ ਲਿਊਕ ਵਾਰਮ ਵਾਟਰ ਦੇ ਵਿੱਚ ਤੁਸੀਂ ਐਡ ਕਰਨਾ, ਇੱਕ ਆਹ ਜਿਹੜਾ ਚੂਣਨ ਪੁੜੀ ਵਾਂਗੂ ਹੈਗਾ, ਸੋ ਇਹਨੂੰ ਇੱਦਾਂ ਕਰਕੇ ਪਾ ਲੈਣਾ, ਘੋਲ ਲੈਣਾ, ਗਰਮ ਗਰਮ ਪਾਣੀ ਦੀ ਡਰਿੰਕ ਬਣਾ ਕੇ ਪੀ ਲੈਣਾ, ਠੀਕ ਆ। ਸੋ ਤੁਸੀਂ ਸਵੇਰੇ ਪੀ ਸਕਦੇ ਹੋ, ਨਾਈਟ ਟਾਈਮ ਪੀ ਸਕਦੇ ਹੋ, ਬਹੁਤ ਬਹੁਤ ਜ਼ਿਆਦਾ ਇਹਦੇ ਫਾਇਦੇ ਹੈਗੇ ਆ। ਤੁਸੀਂ ਇਹਦੇ ਵਿੱਚ ਦੇਸੀ ਘੀ ਐਡ ਕਰਕੇ ਵੀ ਪੀ ਸਕਦੇ ਹੋ, ਠੀਕ ਆ। ਸੋ ਇਹ ਹੋ ਗਿਆ ਜੀ ਹਨੀ ਸਟਿਕਸ। ਸੋ ਇਹਦੇ ਫਾਇਦੇ ਮੈਂ ਤੁਹਾਨੂੰ ਦੱਸਦੇ, ਇਹਦੇ ਬੈਨੀਫਿਟਸ ਤੁਹਾਨੂੰ ਮੈਂ ਦੱਸਦੇ ਸ਼ੀਲਾ ਜੀ ਦੇ। ਬਾਕੀ ਅਗਰ ਤੁਸੀਂ ਹੋਰ ਰੀਸਰਚ ਕਰਨੇ ਆ, ਤੁਸੀਂ ਗੂਗਲ 'ਤੇ ਜਾ ਕੇ ਰੀਸਰਚ ਕਰ ਸਕਦੇ ਹੋ, ਪਰ ਭੈਣਾਂ ਨੂੰ ਜਿਨ੍ਹਾਂ ਦੇ ਵਿੱਚ ਲੋਅ ਆਇਰਨ ਹੈਗਾ ਆ ਨਾ, ਆਇਰਨ ਦੀ ਡੈਫੀਸ਼ੈਂਸੀ ਹੈਗੀ ਆ, ਉਹਨਾਂ ਲਈ ਬਹੁਤ ਬਹੁਤ ਵਧੀਆ ਹੈਗਾ। ਜਿਨ੍ਹਾਂ ਦੇ ਛਾਈਆਂ ਪੈ ਗਈਆਂ ਨੇ ਫੇਸ 'ਤੇ, ਪਿਗਮੈਂਟੇਸ਼ਨ ਹੋ ਗਈ ਆ, ਐਕਨੇ ਸਕਾਰਸ ਹੋ ਗਏ, ਐਕਨੇ, ਕਿਉਂਕਿ ਨਾ ਜਿਹੜੇ ਆਪਣਾ ਜਦੋਂ ਆਪਣਾ ਖੂਨ ਸਾਫ਼ ਨਹੀਂ ਹੁੰਦਾ, ਇਹ ਬੇਸਿਕਲੀ ਖੂਨ ਨੂੰ ਸਾਫ਼ ਕਰਦਾ, ਪਿਊਰੀਫਾਈ ਕਰਦਾ, ਜਦੋਂ ਆਪਣਾ ਖੂਨ ਸਾਫ਼ ਨਹੀਂ ਹੁੰਦਾ ਆਪਣੇ ਚਿਹਰੇ ਦੇ ਉੱਪਰ ਛਾਈਆਂ ਪੈ ਜਾਂਦੀਆਂ ਨੇ, ਐਕਨੇ ਹੋ ਜਾਂਦੇ ਨੇ, ਪਿਗਮੈਂਟੇਸ਼ਨ ਹੋ ਜਾਂਦੀ ਆ, ਮਤਲਬ ਡਾਰਕ ਸਪੋਟਸ ਹੋ ਜਾਂਦੇ ਨੇ। ਸੋ ਉਹਨੂੰ ਕਲੀਅਰ ਕਰਦਾ,
ਸਕਿਨ ਨੂੰ ਗਲੋ ਕਰਦਾ, ਜਵਾਨ ਰੱਖਦਾ, ਐਂਟੀ ਏਜਿੰਗ ਦਾ ਕੰਮ ਕਰਦਾ, ਜੋ ਕਿ ਬਹੁਤ ਵਧੀਆ ਗੱਲ ਹੈ। ਗਾਇਜ਼ ਇੰਨੀ ਛੇਤੀ ਲੋਕੀ ਨੂੰ ਬਾਏ ਕਰ ਰਿਹਾ, ਮੇਰੇ ਕੋਲ ਬਹੁਤ ਸਾਰੇ ਕਲਾਇੰਟਸ ਆ ਜਿਹੜੇ ਇਹ ਬਾਏ ਕਰ ਚੁੱਕੇ ਨੇ ਮੇਰੇ ਕੋਲੋਂ ਲਾਈਕ 3-4 ਵਾਰੀ। ਸੋ ਰੈਗੂਲਰਲੀ ਬਾਏ ਕਰਦੇ ਰਹਿੰਦੇ ਨੇ, ਜਦੋਂ ਮੁੱਕ ਜਾਂਦਾ ਫਿਰ ਮੇਰੇ ਥਰੂ ਬਾਏ ਕਰਦੇ ਆ, ਕਿਉਂਕਿ ਜੇਕਰ ਤੁਸੀਂ ਮੇਰੇ ਥਰੂ ਬਾਏ ਕਰੋਗੇ, ਮੈਂ ਲਿੰਕ ਇਹਦਾ ਲਗਾ ਦਿੱਤਾ ਹੋਇਆ, ਤਾਂ ਤੁਹਾਨੂੰ ਐਕਸਟਰਾ 10% ਔਫ ਮਿਲੂਗਾ। ਸੋ ਤੁਸੀਂ ਮੇਰਾ ਕੋਡ ਯੂਜ਼ ਕਰ ਸਕਦੇ ਹੋ Harman10, ਅਤੇ ਜਿਹੜਾ ਇਹਦਾ ਲਿੰਕ ਹੈਗਾ ਤੁਸੀਂ ਕਿੱਥੋਂ ਬਾਏ ਕਰ ਸਕਦੇ ਹੋ, ਉਹ ਮੇਰੇ ਯੂਟਿਊਬ ਦੇ ਬਾਇਓ ਦੇ ਵਿੱਚ ਵੀ ਹੈਗਾ, ਔਰ ਤੁਸੀਂ ਮੇਰੇ ਇੰਸਟਾ ਔਰ ਟਿਕਟੋਕ ਦੇ ਬਾਇਓ ਦੇ ਵਿੱਚ ਜਾ ਕੇ ਉੱਥੇ ਲਿੰਕ ਟ੍ਰੀ ਹੈਗਾ, ਉਹ ਲਿੰਕ ਟ੍ਰੀ 'ਤੇ ਕਲਿੱਕ ਕਰੋਗੇ, ਸਾਰੇ ਲਿੰਕਸ ਤੁਹਾਨੂੰ ਮਿਲ ਜਾਣਗੇ, ਸਾਰੇ ਕੰਮ ਦੇ ਲਿੰਕਸ ਹੈਗੇ ਆ। ਸੋ ਉਹਦੇ ਵਿੱਚ ਜਿਹੜਾ ਸਭ ਤੋਂ ਫਸਟ ਨੰਬਰ 'ਤੇ ਲਿੰਕ ਪਾਇਆ ਹੋਇਆ ਉਹ ਹੈਗਾ ਨੈਚੁਰਲ ਸ਼ਿਲਾ ਜੀ ਦਾ ਲਿੰਕ, ਉਹਦੇ ਉੱਪਰ ਹੈਗਾ ਯੂਜ਼, ਤੁਸੀਂ ਕੋਡ ਵੀ ਨਾ ਯੂਜ਼ ਕਰ ਸਕਦੇ ਹੋ ਲਾਈਕ ਯੂਜ਼ Harman10 ਫੋਰ ਐਕਸਟਰਾ 10% ਔਫ। ਸੋ ਤੁਸੀਂ ਉਹ ਲਿੰਕ ਨੂੰ, ਉਹ ਕੂਪਨ ਕੋਡ ਨੂੰ ਯੂਜ਼ ਕਰਨਾ, ਐਂਡ ਤੁਹਾਨੂੰ ਸ਼ਿਲਾ ਜੀ 'ਤੇ ਮਿਲ ਜੂਗੀ। ਮੈਂ ਸੋਚਿਆ ਕਿ ਸਾਰੀਆਂ ਭੈਣਾਂ ਦੇ ਲਈ, ਕਿਉਂਕਿ ਬਹੁਤ ਬਹੁਤ ਭੈਣਾਂ ਦਾ ਕੁਐਸਚਨ ਸੀਗਾ ਕਿ ਸਾਨੂੰ ਸ਼ਿਲਾ ਜੀ ਤਾਂ ਅਸੀਂ ਬਾਏ ਕਰਨੇ, ਅਸੀਂ ਆਪਣੀ ਫੈਮਿਲੀ ਦੇ ਲਈ ਬਾਏ ਕਰਨੇ, ਅਸੀਂ ਖੁਦ ਦੇ ਲਈ ਬਾਏ ਕਰਨੀ ਹੈ ਨਾ। ਸੋ ਉਹਨਾਂ ਦਾ ਜਿਹੜਾ ਕੁਐਸਚਨ ਸੀਗਾ, ਤਾਂ ਕਰਕੇ ਮੈਂ ਇੱਕ ਸਪੈਸ਼ਲ, ਮੈਂ ਸੋਚਿਆ ਕਿ ਯੂਟਿਊਬ 'ਤੇ ਵੀਡੀਓ ਬਣਾ ਦਿੱਤੀ ਜਾਵੇ। ਐਂਡ ਜਿਹੜੀਆਂ ਭੈਣਾਂ ਨੂੰ ਡਾਇਬਿਟੀਜ਼ ਦੀ ਪ੍ਰੋਬਲਮ ਆ, ਭੈਣਾਂ ਨੂੰ, ਭਰਾਵਾਂ ਨੂੰ, ਜਿਨ੍ਹਾਂ ਨੂੰ ਵੀ ਡਾਇਬਿਟੀਜ਼ ਦੀ ਪ੍ਰੋਬਲਮ ਆ, ਜਾਂ ਤੁਹਾਡੇ ਪੇਰੈਂਟਸ ਨੂੰ ਡਾਇਬਿਟੀਜ਼ ਦੀ ਪ੍ਰੋਬਲਮ ਹੈਗੀ ਆ ਨਾ, ਉਹ ਇਹ ਵਾਲੀ ਸ਼ਿਲਾ ਜੀ ਖਾਣੀ ਸਟਾਰਟ ਕਰ ਦੇਣ, ਤੁਹਾਨੂੰ ਪਤਾ ਲੱਗ ਜੂ ਵਿਦ ਇਨ ਅ ਮੰਥ, ਤੁਹਾਨੂੰ ਪਤਾ ਲੱਗ ਜੂਗਾ। ਕੰਸਿਸਟੈਂਟ ਰਹਿਣਾ ਪੈਣਾ, ਪਰ ਇਹ ਨਹੀਂ ਹੈਗਾ ਕਿ ਤੁਸੀਂ ਨਾਲ ਨਾਲ ਸ਼ਿਲਾਜੀਤ ਖਾਈ ਜਾਂਦੇ ਅਤੇ ਨਾਲ ਤੁਸੀਂ 2-4 ਲੱਡੂ ਖਾਈ ਜਾਂਦੇ, ਨੋ। ਸੋ ਜਲੇਬੀਆਂ, ਲੱਡੂ ਸਭ ਛੱਡਣੇ ਪੈਣੇ, ਮਿੱਠਾ ਛੱਡਣਾ ਪੈਣਾ, ਇਹ ਖਾਓ ਨਾਲ ਨਾਲ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ। ਸੋ ਹੋਰ ਕੁਛ ਮੈਨੂੰ ਦੱਸਣ ਦੀ ਜ਼ਿਆਦਾ ਲੋੜ ਨਹੀਂ ਹੈਗੀ। ਜੇਕਰ ਤੁਹਾਨੂੰ ਚਾਹੀਦੀ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਪਰ ਮੈਸੇਜ ਕੀ, ਮੇਰਾ ਲਿੰਕ ਆਲਰੇਡੀ ਲਗਾ ਦਿੱਤਾ, ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ, ਹਰ ਇੱਕ ਦਾ ਰਿਪਲਾਈ ਨਹੀਂ ਹੁੰਦਾ। ਸੋ ਤਾਂ ਕਰਕੇ ਮੇਰਾ ਲਿੰਕ ਲਗਾਇਆ ਹੋਇਆ, ਤੁਸੀਂ ਸਿੱਧਾ ਜਾ ਕੇ ਖੁਦ ਬਾ ਖੁਦ ਆਪਣੇ ਆਪ ਬਾਏ ਕਰ ਸਕਦੇ ਹੋ। ਮੈਂ ਆਪਣੇ ਕੋਲ ਨਹੀਂ ਕੈਰੀ ਕਰਦੀ, ਮੈਂ ਖੁਦ ਸੇਲ ਨਹੀਂ ਕਰਦੀ, ਕਿ ਕਈ ਵਾਰੀ ਮੈਸੇਜ ਆਉਂਦੇ ਕਿ ਇਨ ਪਰਸਨ ਪਿੱਕ ਕਰ ਸਕਦੇ ਜਾਂ ਫੋਨਸ ਆ ਜਾਂਦੇ, ਨਹੀਂ। ਸੋ ਤੁਹਾਨੂੰ ਖੁਦ ਜਾ ਕੇ ਜਾਣਾ ਪੈਣਾ, ਮੇਰੀ ਬਾਇਓ ਦੇ ਵਿੱਚ ਲਿੰਕ ਹੈਗਾ, ਸੋ ਉੱਥੋਂ ਜਾ ਕੇ ਬਾਏ ਕਰ ਸਕਦੀ ਹੋ। ਜਿਹੜੀ ਫਿਰ ਕੰਮ ਤੋਂ ਜਾਂਦੇ ਪੂਰੀਆਂ ਤਿਆਰੀਆਂ ਨੇ, ਕੰਮ ਤੇ ਪੂਰਾ ਡਰਾਈਵ ਮਾਰ ਕੇ ਜਾਂਦਾ ਹੁੰਦਾ। ਅੱਜ ਮੈਨੂੰ ਮੇਰਾ ਸਰਟੀਫਿਕੇਟ, ਅੱਜ ਹੈਗਾ ਆਪਣਾ ਐਂਡ ਵਾਲਾ ਦਿਨ, ਮੈਂ ਰੋਜ਼ ਤਿਆਰ ਹੋ ਕੇ ਜਾਂਦੀ ਹੁੰਦੀ ਸੀਗੀ, ਬਸ ਅੱਜ ਦਾ ਦਿਨ ਹੀ ਤਿਆਰ ਹੋਣਾ ਆ, ਤੁਹਾਨੂੰ ਦਿਖਾਉਣਾ ਆ, ਅਤੇ ਫਿਰ ਅੱਜ ਆਪਾਂ ਨੂੰ ਮਿਲ ਜਾਣਾ ਸਰਟੀਫਿਕੇਟ। ਬਾਹਰ ਜਿਹੜੀ ਨੇ ਵੀ ਇਕੱਠੇ ਨੇ ਅਸੀਂ ਜਾਣਾ, ਅਤੇ ਤੁਹਾਨੂੰ ਦਿਖਾਵਾਂ, ਠੰਡ ਬਹੁਤ ਹੋ ਗਈ ਆ। ਓ ਮਾਈ ਗੋਡ, ਉਹ ਦੇਖੋ ਸਨੋ ਵੀ ਬਹੁਤ ਪੈ ਗਈ। ਅਤੇ ਆ ਹੈਗੀ ਅੱਜ ਦੀ ਆਊਟਫਿਟ ਆਫ ਦ ਡੇ, OOTD ਆਊਟਫਿਟ ਆਫ ਦ ਡੇ। ਸ਼ੂ ਵੀ ਮੈਂ ਅੱਜ ਪਾਇਆ ਬਰਾਊਨ ਟੋਪ ਦੇ ਨਾਲ ਮੈਚ ਕਰਕੇ। ਵਾਲ ਆਪਾਂ ਖੁੱਲ੍ਹੇ ਛੱਡ ਕੇ ਚੱਲੇ, ਅੱਜ ਫੋਟੋ ਜਿਹੀਆਂ ਕਰਾਉਣੀਆਂ ਨੇ, ਉੱਥੇ ਜਿੰਨਾ ਟਾਈਮ ਕੰਮ ਕਰਨਾ ਹੋਊਗਾ ਉਦੋਂ ਮੈਂ ਵਾਲ ਬੰਨ ਲੂੰਗੀ ਐਂ ਤਾਂ, ਪਰ ਫਿਲਹਾਲ ਖੁੱਲ੍ਹੇ ਛੱਡੇ ਆ। ਠੀਕ ਹੈ ਜੀ, ਹੁਣ ਮਿਲਦੇ ਹਾਂ। ਬਹੁਤ ਲੇਟ ਹੋਏ, ਕੱਲ੍ਹ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ, ਮੈਨੂੰ ਐਂ ਵੀ ਮੈਂ ਅੱਜ ਵੀ ਨਾ ਲੇਟ ਹੋ ਜਾਵਾਂ। ਚਲੋ ਜਾ ਕੇ ਮਿਲਦੇ ਹਾਂ ਅਤੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਅੱਜ ਮੈਂ ਮਾਡਲ 'ਤੇ ਕੰਮ ਕਰਨਾ, ਅੱਜ ਮੈਂ ਬਣਾਉਣੀਆਂ ਨੇ ਉਹਦੀ ਆਈਜ਼ ਨੈਨੋ ਬਰੋਸ ਕਰਨੀਆਂ ਨੇ, ਪਲੱਸ ਥੋੜ੍ਹੀ ਜਿਹੀ ਸ਼ੇਡਿੰਗ ਕਰਨੀ ਆ ਪਾਊਡਰ ਪਲੱਸ ਨੈਨੋ ਬਰੋਸ, ਫਿਰ ਮੈਂ ਤੁਹਾਨੂੰ ਦੱਸੂਗੀ ਕਿ ਕਿੱਦਾਂ ਦਾ ਲੁੱਕ ਆਈ ਆ, ਤੁਸੀਂ ਦੱਸਿਓ ਕਮੈਂਟ ਕਰਕੇ। ਬਾਕੀ ਥੋੜ੍ਹੀ ਜਿਹੀ ਨਰਵਸਨੈਸ ਤਾਂ ਹੁੰਦੀ ਆ, ਪਰ ਉੱਥੇ ਜਾ ਕੇ ਸਾਰਾ ਠੀਕ ਹੋ ਜਾਣਾ, ਵਧੀਆ ਕਰ ਦੇਣਾ। ਬਾਹਰ ਨਾ ਕਾਫੀ ਠੰਡ ਸੀ, ਅਤੇ ਮੈਂ ਪਾ ਲਈ ਆਹ ਵਾਲੀ ਵਾਈਟ ਜੀ ਜੈਕਟ, ਇਹ ਮੇਰੀ ਫੇਵਰੇਟ ਜੈਕਟ ਬਣ ਚੁੱਕੀ ਹੈ, ਐਂਡ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਵਾਈਟ ਕਲਰ ਮੇਰਾ ਫੇਵਰੇਟ ਬਣ ਚੁੱਕਿਆ। ਅਤੇ ਮੈਂ ਚੱਕ ਲਿਆ ਪਰਸ, ਅਤੇ ਜਿਹੜੀ ਨੇ ਵੀ ਚੱਕ ਲਈ ਆਪਣੀ ਕਿੱਟ ਕੰਮ ਵਾਲੀ, ਜਿਹੜੀ ਵੀ ਰੈਡੀ, ਮੈਂ ਵੀ ਰੈਡੀ, ਹੁਣ ਚੱਲਦੇ ਹਾਂ ਕੰਮ 'ਤੇ। ਉਸ ਤੋਂ ਪਹਿਲਾਂ ਮੈਂ ਮਾਡਲ ਰੈਡੀ ਕਰਨੀ ਸੀ, ਮੈਂ ਸੋਚਿਆ ਕਿ ਅੱਜ ਸਬਵੇ ਤੋਂ, ਸਬਵੇ ਨਹੀਂ ਖਾਣਾ, ਅੱਜ ਖਾਣਾ ਆ ਰੈਪ। ਮੈਂ ਫਸਟ ਟਾਈਮ ਰੈਪ ਖਾਣ ਲੱਗੀ ਹਾਂ, ਇਹ ਮੈਂ ਕਸਟਮ ਕਰਵਾਇਆ,
ਅਤੇ ਮੈਂ ਬੈਠ ਗਈ ਹਾਂ ਇੱਥੇ ਵਿੰਡੋ ਕੋਲ, ਇੱਥੇ ਬੈਠ ਕੇ ਖਾ ਕੇ ਜਾਊਂਗੀ। ਕਾਫੀ ਵੱਡਾ ਰੈਪ ਲੱਗ ਰਿਹਾ ਕਿਉਂਕਿ ਹਰ ਵਾਰੀ ਮੈਂ ਬਾਰ ਬਰੀਟੋ ਤੋਂ ਹੀ ਰੈਪ ਖਾਂਦੀ ਹਾਂ, ਪਰ ਅੱਜ ਮੈਂ ਫਸਟ ਟਾਈਮ ਸਬਵੇ ਤੋਂ ਖਾਣ ਲੱਗੀ ਹਾਂ। ਮੈਨੂੰ ਟੇਸਟੀ ਲੱਗਿਆ, ਵਧੀਆ ਸੀਗਾ, ਕਾਫੀ ਸਮਾਨ ਮੈਂ ਪਵਾ ਲਿਆ ਸੀ, ਰਾਈਸ ਵਗੈਰਾ ਇਹਦੇ ਵਿੱਚ, ਬੀਨਸ ਵਗੈਰਾ ਐਡ ਕਰਵਾ ਲਏ ਸੀਗੇ, ਵਧੀਆ ਲੱਗਿਆ ਮੈਨੂੰ ਓਵਰਆਲ। ਹੁਣ ਆਪਾਂ ਕਰਦੇ ਆਪਣੇ ਮਾਡਲ, ਮੇਰੀ ਫੇਵਰੇਟ ਮਾਡਲ ਆ, ਮੈਨੂੰ ਇਹੀ ਜਾਣਦੇ ਆ, ਐਵਰੀ ਟਾਈਮ ਇਹਨਾਂ ਨੂੰ ਕਾਲ ਕਰ ਲੈਂਦੀ ਹੁੰਦੀ ਹਾਂ। ਇਹਨਾਂ ਦੇ ਆਪਾਂ ਪਹਿਲਾਂ ਲਿਪਸ ਕੀਤੇ ਸੀ, ਸੋ ਤੁਸੀਂ ਲਿਪਸ ਦੇਖ ਸਕਦੇ ਕਿ ਕਿੰਨੇ ਸੋਹਣੇ ਹੀਲ ਹੋਏ ਆ, ਪਰ ਅੱਜ ਆਪਾਂ ਇਹਨਾਂ ਦੇ ਕਰਾਂਗੇ ਆਈਬ੍ਰਾਓ, ਅਤੇ ਦੇਖਦੇ ਹਾਂ ਇਹਨਾਂ ਦੇ ਬਿਫੋਰ ਐਂਡ ਆਫਟਰ ਲੁੱਕ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਹੁਣ ਮੈਂ ਆਪਣੇ ਨੀਡਲ ਵਗੈਰਾ ਸਾਰਾ ਕੁਝ ਰੈਡੀ ਕਰ ਲਿਆ ਸੀਗਾ, ਆਪਣੇ ਮਾਡਲ 'ਤੇ ਮੈਂ ਸਟਾਰਟ ਕਰਤਾ ਆਪਣਾ ਕੰਮ ਕਰਨਾ, ਵਿੱਚ ਵਿੱਚ ਦੀ ਆਪਾਂ ਨੂੰ ਕਲੀਨ ਕਰਦੇ ਰਹਿਣਾ ਚਾਹੀਦਾ। ਅਤੇ ਤੁਸੀਂ ਮੇਰਾ ਕੰਮ ਦੇਖ ਸਕਦੇ ਹੋ ਗਾਈਜ਼, ਇੰਸਟਾਗ੍ਰਾਮ 'ਤੇ ਮੈਂ ਕਾਫੀ ਵੀਡੀਓਜ਼ ਫੋਟੋ ਸ਼ੇਅਰ ਕੀਤੀਆਂ ਨੇ, ਅਗਰ ਤੁਸੀਂ ਐਡਮਿੰਟਨ ਦੇ ਵਿੱਚ ਹੈਗੇ ਹੋ ਦੈਨ ਤੁਸੀਂ ਬੁੱਕ ਕਰ ਸਕਦੇ ਹੋ ਮੈਨੂੰ। ਅਤੇ ਦੇਖੋ ਇਹ ਇੱਦਾਂ ਆ, ਤੁਸੀਂ ਸਪੂਲੀ ਦੇ ਨਾਲ ਕਿੱਧਰ ਮਰਜ਼ੀ ਆਪਣੇ ਹੇਅਰ ਹਿਲਾਓ, ਨਹੀਂ ਹਿੱਲਣਗੇ ਕਿਉਂਕਿ ਇਹ ਪਰਮਾਨੈਂਟ ਚੀਜ਼ ਹੈਗੀ ਆ। ਸੋ ਇਹ 2 ਸਾਲ ਤੱਕ ਰਹਿੰਦਾ ਆ, ਇਹਨੂੰ ਨੈਨੋ ਕਹਿੰਦੇ ਆ, ਨੈਨੋ ਟੈਕਨੀਕ ਦੇ ਨਾਲ ਆਪਾਂ ਇਹਨਾਂ ਦੀਆਂ ਆਈਬ੍ਰੋ ਕੀਤੀਆਂ ਨੇ। ਓਹ ਇਟਸ ਅਮੇਜ਼ਿੰਗ, ਥੈਂਕ ਯੂ ਸੋ ਮਚ, ਲੁੱਕਸ ਰੀਲੀ ਗੁੱਡ ਹਿਅਰ, ਨੈਚੁਰਲ, ਯਾ ਯਾ, ਓ ਵਾਟ ਅ ਵਨ, ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਚੂਜ਼ਿੰਗ ਹਰ ਮਨ ਬਿਊਟੀ। ਗਾਇਜ਼ ਫਾਈਨਲੀ ਮੈਂ ਮਾਡਲ ਕੰਪਲੀਟ ਕਰਤਾ ਅਤੇ ਕੋਰਸ ਹੋ ਗਿਆ ਕੰਪਲੀਟ, ਹੁਣ ਆਪਾਂ ਵੇਟ ਕਰਦੇ ਆਪਾਂ ਨੂੰ ਸਰਟੀਫਿਕੇਟ ਮਿਲਣ ਦੀ ਪੂਰੀ ਤਿਆਰੀ ਆ। ਹੈਲੋ ਗਾਇਜ਼, ਅੱਜ ਆਪਾਂ ਆ ਗਏ ਘਰੇ, ਅਤੇ ਹੁਣ ਤਾਂ ਨਾ ਫਿਰ ਆਪਾਂ ਕਹਿੰਦੇ ਅੱਜ ਪੀਜ਼ਾ ਖਾਣਾ ਸਾਰੇ ਜਣੇ ਕਹਿੰਦੇ, ਹੈ ਜਿਹੜੀ ਅਤੇ ਇਹਨਾਂ ਤਾਂ ਬਹਾਨੇ ਨਾਲ ਗੱਲਾਂ ਮਾਰਨ ਦਾ ਟਾਈਮ ਅੱਜ ਮੇਰਾ ਕੋਰਸ, ਹਾਂ ਮੇਰੀ ਖੁਸ਼ੀ ਦੇ ਵਿੱਚ ਆਹ ਸਾਡਾ ਕੱਦੂ, ਆਹ ਮੇਰਾ ਪੀਜ਼ਾ ਸਰਟੀਫਿਕੇਟ ਮਿਲ ਗਿਆ। ਹਾਂਜੀ ਸਰਟੀਫਿਕੇਟ ਬਹੁਤ ਸੋਹਣੇ, ਪਿੰਕ ਪਿੰਕ ਕਲਰ ਦੇ ਗਾਇਜ਼, ਹੁਣ ਸਾਰੇ ਜਣੇ ਆਪਣੇ ਥਰੈਡਿੰਗਾਂ ਮੇਰੇ ਤੋਂ ਬਣਵਾ ਲਓ, ਕਿਹੜਾ ਨਾਲੇ ਲਿਪਸਟਿਕ ਲਵਾ ਲਓ, ਉਹ ਕਹਿੰਦੇ ਹੁੰਦੇ ਪਾਂਡੇ ਕਲੀ ਕਰਾ ਲਓ, ਥਰੈਡਿੰਗਾਂ ਬਣਵਾ ਲਓ। ਪਹਿਲਵਾਨ ਤਾਂ ਮੈਂ ਗੋਡੇ ਡੇਗ ਗਿਆ, ਸਾਰੇ ਜਣੇ ਅੱਜ ਘਰੇ ਵਿਹਲੇ ਸੀਗੇ, ਤੇ ਆਹ ਦੇਖੋ ਇਹ ਪਤਾ ਕੌਣ ਕੌਣ ਬੈਠਾ ਸਾਡੇ ਗੇਮ 'ਚ, ਕੌਣ ਕੌਣ ਖੇਡ ਰਿਹਾ, ਆਸਕਰ, ਸ਼ਨੈਲ, ਜਿਹੜੀ ਡੈਡੀ ਜੀ ਤੇ ਮੰਮੀ, ਮੰਮੀ ਖੇਡਣ ਲੱਗੇ ਸਾਡੇ ਨਾਲ ਕੋਟਲਾ ਛਪਾਕੀ, ਕੋਟਲਾ ਛਪਾਕੀ ਜੂ ਮੇਰਾ ਤਾਈਆ, ਸ਼ਾਮ ਤਾਈਆ ਕਿੱਥੇ ਲੁਕੋਇਆ ਕਰੋਗੇ, ਲੁਕਾਉਣਾ ਵੀ ਹੁੰਦਾ ਹਨਾ, ਤਾਂ ਯਾਦ ਨਹੀਂ ਖੇਡਣ ਨਹੀਂ ਹੁੰਦਾ, ਖੇਡਣਾ ਸਿਖਾਣਗੇ ਮੰਮੀ, ਕਹਿੰਦੇ ਅੱਜ ਕੋਟਲਾ ਛਪਾਕੀ ਖੇਡਣਾ, ਸ਼ਨੈਲ ਕੀ ਖੇਡਣ ਲੱਗੇ ਆਪਾਂ ਅੱਜ, ਮੇਰਾ ਤਾਈਆ ਜਿਹੜਾ ਅੱਗੇ ਪਿੱਛੜ ਚਾਕੂ ਉਹਦੀ ਸ਼ਾਂਤ ਆਈ ਆ, ਕੋਟਲਾ ਇਹਨੂੰ ਮੈਨਾਂ ਤਾਂ ਪਤਾ ਹੀ ਨਹੀਂ, ਪਹਿਲਾਂ ਸਮਝਾ ਦਿੱਤਾ ਇਹਨੂੰ, ਨਾ ਕੁਛ ਕਹਿ ਇਹਨੂੰ ਜਾਣਦੇ, ਥੱਲੋਂ ਚੜਿਆ ਆਇਆ ਹੁਣ ਉੱਤਰ ਜਾਊਗਾ, ਚੱਲ 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 ਚੱਲ, ਪਿੱਛਾ ਭੋ ਕੇ ਪਿੱਛਾ ਭੋ ਕੇ ਕਿਤੇ ਨਾ, ਚਲੋ ਉੱਪਰ ਚੜੋ, ਉਹ ਭੈਣ ਉੱਤੋਂ ਮੂਧੀ ਤੁਰੀ ਆਉਂਦੀ ਹੋਵੇ ਬੈਕ ਪਿੱਛੇ ਨੂੰ, ਚੱਲ 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 ਏ ਘਣਾ ਨੰਦ, ਚੱਲ ਉੱਤੇ ਉੱਪਰ 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 ਨੂੰ, ਮੇਰੇ ਵੱਲ ਨੂੰ ਨਹੀਂ ਉੱਪਰ ਨੂੰ ਉੱਪਰ ਨੂੰ ਉੱਪਰ ਨੂੰ, ਬੈੱਡ ਦੀ ਚੈਕਿੰਗ ਹੋ ਰਹੀ ਹੈ, ਸਨੈਲ ਨੂੰ ਪਾ ਕੇ ਦੇਖ ਰਹੀ ਆ ਹਰਮਨ ਵੀ ਇੱਥੇ ਠੀਕ ਰਹੂਗਾ ਬੈੱਡ, ਉੱਚਾ ਨੀਵਾ ਠੀਕ ਆ, ਸਨੈਲ ਠੀਕ ਸੀਗਾ ਐਕਸਪੀਰੀਅੰਸ ਤੇ, ਅੱਜ ਦਾ ਤੇ ਪੈਰ ਤੇ ਫੇਰ ਦੁਬਾਰਾ ਦੇਖੀ ਜਿਵੇਂ, ਹਾਂ ਨਾ ਕੋ ਆਏ ਨਹੀਂ ਬਿਨਾ ਸਰਾਣੇ ਤੋਂ ਪੇ, ਬਿਨਾ ਸਰਾਣੇ ਤੋਂ ਪੇ, ਚਲੋ ਪਾਇਆ ਸਿਧਾਂਤ ਤੇਰਾ,
ਥੋੜੇ ਚਿਰ ਚੱਕ ਤੇ ਐਵੇਂ ਪਾਲ ਗਏ ਆ ਤੁਸੀਂ, ਕਰਨਾ ਪੈਂਦਾ ਜਵਾਕਾਂ ਨੂੰ ਪੂਰੀ ਰਿਹਾੜ ਕਰਕੇ ਨਾ ਸੈਡੀ ਸਨੈਰ ਨੇ ਪੂਰਾ ਰਿਹਾੜ ਕਰਕੇ ਦੋਨਾਂ ਨੂੰ ਲਾ ਲਿਆ ਝੂਟੇ ਦਿਓ, ਥ੍ਰੀ ਝੂਟੇ ਦਿਓ, ਨਹੀਂ ਐ ਨੀ ਤੂੰ ਤਾਂ ਛੇਤੀ ਗਿਣਦੇ ਆ, ਮੈਂ ਗਿਣਦਾ ਚਲੋ ਬਈ ਨਾ ਵਨ ਟੂ ਥ੍ਰੀ ਫੋਰ ਚਲੋ ਵੀ ਉੱਠ ਖੜਿਆ ਦਿਮਾਗ ਲਾਈ ਬੈਠੀ ਸੀ ਪਹਿਲਾਂ ਹੀ ਹਨਾ ਹੁਣ ਅਸੀਂ ਇੱਕ ਮੰਜਾ ਬਣਾਉਣਾ ਤੇ ਮੰਜੇ ਦੇ ਨਾ ਐ ਬਣ ਲਿਆ ਕੱਲੀ ਝੋਲੀ, ਅਸੀਂ ਉੱਚੇ ਪਾਵੇ ਵਾਲਾ ਮੰਜਾ ਬਣਾ ਕੇ ਉਹਨੂੰ ਐਂ ਝੋਲਾ ਬੰਨ ਲਿਆ ਕਰਨਾ, ਗਰੀਬੋ ਗਰੀਬੀ ਭਾਈ ਹੁਣ ਇਹ ਸਾਨੂੰ ਇਹ ਭੂਰੇ ਦਾ ਹੀ ਝੂਲਾ ਬਣਾਉਣਾ ਪਿਆ। ਮਾਰੋ ਤੇ ਪੂਰੇ ਮਾਰੋ ਤੇ।